ਕੋਲੇ ਕੋ ਮੈਂ ਵੇਖਣ ਥੱਲੇ ਜਿੰਦਰੇ ਵਗੈਰਾ ਖੁੱਲੇ ਪੁੱਠ ਤੇ ਆਇਆ ਦੇਖਿਆ ਤੇ ਆ ਪਾਣੀ ਲੱਗ ਰਿਹਾ ਤੇ ਮੇਰੇ ਕੁੱਟੀ ਲਾ ਕੇ ਰੱਖੀ ਲਾਈ ਹੈ ਕਿਸੇ ਨੇ ਕੁੱਟੀ ਲਾਈ ਸ਼ੈਂਕ ਵੀ ਤੋੜ ਕੇ ਸ਼ੈਂਕ ਤੋਂ ਕੁੱਟੀ ਲਾ ਕੇ ਕੋਈ ਲੈ ਗਿਆ ਜਿੰਦਰੇ ਸਾਰੇ ਬੰਦ ਸੀ ਜਿੰਦਰਾ ਕੋਈ ਨਹੀਂ ਦਿੱਤਾ ਹੋਇਆ ਜਿੰਦਰਾ ਨੂੰ ਹਿਲਾਇਆ ਜ਼ਰੂਰ ਹੋਇਆ ਵਾ ਦਰਵਾਜ਼ੇ ਨੂੰ ਹਿਲਾਇਆ ਕੁੱਟੇ ਤੋਂ ਦਰਵਾਜ਼ਾ ਵੀ ਹਿਲਾਇਆ ਹੋਇਆ ਸੀ ਪਰ ਜਿੰਦਰਾ ਕੋਈ ਨਹੀਂ ਦਿੱਤਾ ਪਹਿਲਾਂ ਵੀ ਚੋਰੀ ਹੋਈ 26 ਮਈ ਦੇ ਵਿੱਚ ਚੋਰੀ ਹੋਈ ਥੱਲੇ ਮਨੀਪੁਰ ਸ਼ਹਿਰ 'ਚ ਉਦੋਂ ਵੀ 7-8 ਹਜ਼ਾਰ ਰੁਪਇਆ ਚੁੱਕ ਕੇ ਲੈ ਗਏ ਨਾਲ ਡਾਕੂਮੈਂਟ ਸੀਗੇ ਉਹ ਕੱਢ ਕੇ ਲੈ ਗਏ पिछले कुछ दिनों तो बटाला शहर के वख वख इलाकों च मुख्य बाजार के दुकानदारां अते घरां विच चोर एक वख तरह की चोरी दियां वारदातां नूं अंजाम दे रहे ने चोरां वल्लों दुकानां अते घरां दियां उच्चियां इमारतां ते चढ़ के उत्थे बने बाथरूम च वड़ उत्थे लगियां टूटियां नूं निशाना बनाया जा रहा है उत्थे ही सरगर्म चोर गिरोह वल्लों पिछले एक महीने तो ऐसियां कई वारदातां नूं अंजाम दिता गया बीती रात चोर बटाला डेरा बाबा नानक रोड ते स्थित एक फोटो स्टेट अते कपड़े दी दुकान ते एक मंजिल उपर छत ते चढ़ बाथरूम चो सारियां टूटियां लोहे दा समान वाश बेसन आदि समान लैके फरार हो गए दुकानदार हरविंदर सिंह ने की दस्या आओ सुनदे हां उन्हां तों मेरा नाम हरविंदर सिंह मैं सवेरे 8 बजे पहला थले वाली शॉप खोली है अज ਅਤੇ ਉੱਪਰ ਮੈਂ 8:45 ਨਾ ਥੱਲੇ ਜਿੰਦਰੇ ਵਗੈਰਾ ਖੁੱਲ੍ਹੇ ਕੋਠੇ 'ਤੇ ਆਇਆ ਦੇਖਿਆ ਅਤੇ ਆ ਪਾਣੀ ਵਗ ਰਿਹਾ ਅਤੇ ਮੇਰੇ ਦਿਮਾਗ 'ਚ ਇਹ ਟੂਟੀ ਲਾ ਕੇ ਰੱਖ ਲਾਈ ਹੈ ਕਿਸੇ ਨੇ ਟੂਟੀ ਲਾਈ ਸ਼ੈਂਕ ਵੀ ਤੋੜ ਕੇ ਸ਼ੈਂਕ ਤੋਂ ਵੀ ਟੂਟੀ ਲਾ ਕੇ ਕੋਈ ਲੈ ਗਿਆ ਅਤੇ ਮੁੜ ਕੇ ਸਾਈਡ 'ਤੇ ਝਾਤੀ ਮਾਰੀ ਅਤੇ ਵਾਸ਼ਰੂਮ ਦਾ ਦਰਵਾਜ਼ਾ ਵੀ ਟੁੱਟਾ ਹੋਇਆ ਤਾਲਾ ਟੁੱਟਾ ਸੀ ਉੱਧਰ ਵਿੱਚੋਂ ਵੀ ਉੱਧਰ ਟੂਟੀਆਂ ਵਗੈਰਾ ਲੱਗੀਆਂ 2-3 ਉਹ ਵੀ ਲਾ ਕੇ ਲੈ ਗਿਆ ਹੁਣ ਚੜ੍ਹੇ ਕਿੱਥੋਂ ਥਾਣੀ ਇਹ ਨਹੀਂ ਪਤਾ ਕਿਉਂਕਿ ਤਾਲੇ ਸਾਰੇ ਬੰਦ ਸੀਗੇ ਜਿੰਦਰੇ ਸਾਰੇ ਬੰਦ ਸੀਗੇ ਜਿੰਦਰਾ ਕੋਈ ਨਹੀਂ ਟੁੱਟਾ ਹੋਇਆ ਜਿੰਦਿਆਂ ਨੂੰ ਹਿਲਾਇਆ ਜ਼ਰੂਰ ਹੋਇਆ ਵਾ ਦਰਵਾਜ਼ੇ ਨੂੰ ਹਿਲਾਇਆ ਕੋਠੇ 'ਤੇ ਦਰਵਾਜ਼ਾ ਵੀ ਹਿਲਾਇਆ ਹੋਇਆ ਸੀਗਾ ਪਰ ਜਿੰਦਰਾ ਕੋਈ ਨਹੀਂ ਰੁਕਾ ਇਹ ਹੁਣ ਪਤਾ ਨਹੀਂ ਇਹ ਇੱਥੇ ਪੌੜੀ ਲਾ ਕੇ ਚੜ੍ਹੇ ਜਾਂ ਕਿਤਨਾ ਚੜ੍ਹੇ ਜਾਂ ਕਿਸ ਤਰ੍ਹਾਂ ਚੜ੍ਹੇ ਇਸ ਗੱਲ ਦਾ ਪਤਾ ਨਹੀਂ ਹਾਂਜੀ ਹੋ ਸਕਦਾ ਕੋਈ ਗੱਡੀ ਲੱਗੀ ਹੋਵੇ ਗੱਡੀ 'ਤੇ ਪੌੜੀ ਲਾ ਕੇ ਕੋਈ ਚੜ੍ਹ ਗਿਆ ਹੋਵੇ ਕਿਸ ਤਰ੍ਹਾਂ ਚੜ੍ਹ ਗਿਆ ਹੋਵੇ ਪਿੱਤਲ ਦੀਆਂ ਟੂਟੀਆਂ ਸੀ ਸਟੀਲ ਦੀਆਂ ਟੂਟੀਆਂ ਨਹੀਂ ਸੀਗੀਆਂ 5 ਟੂਟੀਆਂ ਸੀਗੀਆਂ ਹਾਂਜੀ ਹਾਂਜੀ ਅੱਜ ਤੋਂ ਮਤਲਬ 1.5-2 ਸਾਲ ਪਹਿਲਾਂ ਸਾਡੇ ਜੈਨ ਸਾਹਿਬ ਨਾਲ ਦੁਕਾਨ ਆ ਉਹ ਅੱਜਕੱਲ ਬੰਦ ਆ ਅਤੇ ਉਹਨਾਂ ਦੇ 2-3 ਵਾਰੀ ਇੱਦਾਂ ਹੀ ਪੌੜੀ ਲਾ ਕੇ ਕਿਤੇ ਚੜ੍ਹੇ ਹੋਏ ਉਹਨਾਂ ਦੇ ਕਾਫੀ ਵਾਰੀ ਚੋਰੀ ਹੁੰਦੀ ਹਾਂਜੀ ਪਹਿਲਾਂ ਵੀ ਚੋਰੀ ਹੋਈ 26 ਮਈ ਦੇ ਵਿੱਚ ਚੋਰੀ ਹੋਈ ਹੈ ਥੱਲੇ ਮਨੀਪੁਰ ਸ਼ਹਿਰ 'ਚ ਉਦੋਂ ਵੀ 7-8 ਹਜ਼ਾਰ ਰੁਪਇਆ ਚੁੱਕ ਕੇ ਲੈ ਗਏ ਨਾਲ ਡਾਕੂਮੈਂਟ ਸੀਗੇ ਉਹ ਕੱਢ ਕੇ ਲੈ ਗਏ ਉਦੋਂ ਤਾਲੇ ਤੋੜ ਕੇ ਤਾਲੇ ਵਗੈਰਾ ਤੋੜੇ ਆ ਨਾਲ ਕੁੰਡੇ ਵਗੈਰਾ ਤੋੜ ਕੇ ਸਭ ਤੋੜ ਕੇ ਲੈ ਗਏ ਕੰਪਲੇਂਟ ਉਦੋਂ ਗਏ ਸੀ ਪਰ ਕੰਪਲੇਂਟ ਲਿਖੀ ਨਹੀਂ ਅੱਜ ਮੈਂ ਹੁਣ ਕੰਪਲੇਂਟ ਲਿਖਾ ਕੇ ਆਇਆ ਚੌਂਕ ਉਹਨਾਂ ਕੰਪਲੇਂਟ ਲਿਖ ਲਈ ਆ ਬਸ ਕੰਪਲੇਂਟ ਲਿਖ ਕੇ ਕੁਛ ਨਹੀਂ ਕਿਹਾ द एवन मीडिया चैनल ਲਈ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ ਕੋਲੇ ਕੋ ਮੈਂ ਨਾ ਥੱਲੇ ਜਿੰਦਰੇ ਵਗੈਰਾ ਖੁੱਲੇ ਕੋਠੇ 'ਤੇ ਆਇਆ ਦੇਖਿਆ ਤੇ ਆ ਪਾਣੀ ਲੱਗ ਰਿਹਾ ਤੇ ਮੇਰੇ ਕੁੱਟੀ ਲਾ ਕੇ ਰੱਖੀ ਲਾਈ ਹੈ ਕਿਸੇ ਨੇ ਕੁੱਟੀ ਲਾਈ ਸ਼ੈਂਕ ਵੀ ਤੋੜ ਕੇ ਸ਼ੈਂਕ ਤੋਂ ਕੁੱਟੀ ਲਾ ਕੇ ਕੋਈ ਲੈ ਗਿਆ ਜਿੰਦਰੇ ਸਾਰੇ ਬੰਦ ਸੀ ਜਿੰਦਰਾ ਕੋਈ ਨਹੀਂ ਦਿੱਤਾ ਹੋਇਆ ਜਿੰਦਰਾ ਨੂੰ ਹਿਲਾਇਆ ਜ਼ਰੂਰ ਹੋਇਆ ਵਾ ਦਰਵਾਜ਼ੇ ਨੂੰ ਹਿਲਾਇਆ ਕੋਠੇ ਤੋਂ ਦਰਵਾਜ਼ਾ ਵੀ ਹਿਲਾਇਆ ਹੋਇਆ ਸੀਗਾ ਪਰ ਜਿੰਦਰਾ ਕੋਈ ਨਹੀਂ ਦਿੱਤਾ ਪਹਿਲਾਂ ਵੀ ਚੋਰੀ ਹੋਈ 26 ਮਈ ਦੇ ਵਿੱਚ ਚੋਰੀ ਹੋਈ ਥੱਲੇ ਮਨੀਪੁਰ ਸ਼ਹਿਰ 'ਚ ਉਦੋਂ ਵੀ 7-8 ਹਜ਼ਾਰ ਰੁਪਇਆ ਚੁੱਕ ਕੇ ਲੈ ਗਏ ਨਾਲ ਡਾਕੂਮੈਂਟ ਸੀਗੇ ਉਹ ਕੱਢ ਕੇ ਲੈ ਗਏ ਪਿਛਲੇ ਕੁਝ ਦਿਨਾਂ ਤੋਂ ਬਟਾਲਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ 'ਚ ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ਅਤੇ ਘਰਾਂ ਵਿੱਚ ਚੋਰ ਇੱਕ ਵੱਖ ਤਰ੍ਹਾਂ ਦੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਚੋਰਾਂ ਵੱਲੋਂ ਦੁਕਾਨਾਂ ਅਤੇ ਘਰਾਂ ਦੀਆਂ ਉੱਚੀਆਂ ਇਮਾਰਤਾਂ 'ਤੇ ਚੜ੍ਹ ਕੇ ਉੱਥੇ ਬਣੇ ਬਾਥਰੂਮ 'ਚ ਵੜ ਉੱਥੇ ਲੱਗੀਆਂ ਟੂਟੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉੱਥੇ ਹੀ ਸਰਗਰਮ ਚੋਰ ਗਰੋਹ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਐਸੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਬੀਤੀ ਰਾਤ ਚੋਰ ਬਟਾਲਾ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਇੱਕ ਫੋਟੋ ਸਟੇਟ ਅਤੇ ਕੱਪੜੇ ਦੀ ਦੁਕਾਨ ਤੇ ਇੱਕ ਮੰਜ਼ਿਲ ਉੱਪਰ ਛੱਤ ਤੇ ਚੜ੍ਹ ਬਾਥਰੂਮ ਚੋਂ ਸਾਰੀਆਂ ਟੂਟੀਆਂ ਲੋਹੇ ਦਾ ਸਮਾਨ ਵਾਸ਼ ਬੇਸਨ ਆਦਿ ਸਮਾਨ ਲੈ ਕੇ ਫਰਾਰ ਹੋ ਗਏ ਦੁਕਾਨਦਾਰ ਹਰਵਿੰਦਰ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਮੇਰਾ ਨਾਮ ਹਰਵਿੰਦਰ ਸਿੰਘ ਮੈਂ ਸਵੇਰੇ 8 ਵਜੇ ਪਹਿਲਾਂ ਥੱਲੇ ਵਾਲੀ ਸ਼ੌਪ ਖੋਲੀ ਆ ਅੱਜ ਅਤੇ ਉੱਪਰ ਮੈਂ 8:45 ਨਾ ਥੱਲੇ ਜਿੰਦਰੇ ਵਗੈਰਾ ਖੁੱਲ੍ਹੇ ਕੋਠੇ 'ਤੇ ਆਇਆ ਦੇਖਿਆ ਅਤੇ ਆ ਪਾਣੀ ਵਗ ਰਿਹਾ ਅਤੇ ਮੇਰੇ ਦਿਮਾਗ 'ਚ ਇਹ ਟੂਟੀ ਲਾ ਕੇ ਰੱਖੀ ਲਾਈ ਹੈ ਕਿਸੇ ਨੇ ਟੂਟੀ ਵੀ ਲਾਈ ਸ਼ੈਂਕ ਵੀ ਤੋੜ ਕੇ ਸ਼ੈਂਕ ਤੋਂ ਵੀ ਟੂਟੀ ਲਾ ਕੇ ਕੋਈ ਲੈ ਗਿਆ ਅਤੇ ਮੁੜ ਕੇ ਸਾਈਡ 'ਤੇ ਝਾਤੀ ਮਾਰੀ ਅਤੇ ਵਾਸ਼ਰੂਮ ਦਾ ਦਰਵਾਜ਼ਾ ਵੀ ਟੁੱਟਾ ਹੋਇਆ ਤਾਲਾ ਟੁੱਟਾ ਸੀ ਉੱਧਰ ਵਿੱਚੋਂ ਵੀ ਉੱਧਰ ਟੂਟੀਆਂ ਵਗੈਰਾ ਲੱਗੀਆਂ 2-3 ਉਹ ਵੀ ਲਾ ਕੇ ਲੈ ਗਿਆ ਹੁਣ ਚੜ੍ਹੇ ਕਿੱਥੋਂ ਥਾਣੀ ਇਹ ਨਹੀਂ ਪਤਾ ਕਿਉਂਕਿ ਤਾਲੇ ਸਾਰੇ ਬੰਦ ਸੀਗੇ ਜਿੰਦਰੇ ਸਾਰੇ ਬੰਦ ਸੀਗੇ ਜਿੰਦਰਾ ਕੋਈ ਨਹੀਂ ਟੁੱਟਾ ਹੋਇਆ ਜਿੰਦਿਆਂ ਨੂੰ ਹਿਲਾਇਆ ਜ਼ਰੂਰ ਹੋਇਆ ਵਾ ਦਰਵਾਜ਼ੇ ਨੂੰ ਹਿਲਾਇਆ ਕੋਠੇ 'ਤੇ ਦਰਵਾਜ਼ਾ ਵੀ ਹਿਲਾਇਆ ਹੋਇਆ ਸੀਗਾ ਪਰ ਜਿੰਦਰਾ ਕੋਈ ਨਹੀਂ ਰੁਕਾ ਇਹ ਹੁਣ ਪਤਾ ਨਹੀਂ ਇਹ ਇੱਥੇ ਪੌੜੀ ਲਾ ਕੇ ਚੜ੍ਹੇ ਜਾਂ ਕਿਸ ਤਰ੍ਹਾਂ ਚੜ੍ਹੇ ਜਾਂ ਕਿਸ ਤਰ੍ਹਾਂ ਚੜ੍ਹੇ ਇਸ ਗੱਲ ਦਾ ਪਤਾ ਨਹੀਂ ਹਾਂਜੀ ਹੋ ਸਕਦਾ
कोई गड्डी लगी हो गड्डी तक पौड़ी ला के कोई चढ़ गया हो किस तरह चढ़ गया हो पित्तल दी टूटियां जी स्टील दी टूटियां नहीं सीगियां पांच एक टूटियां सी हाँ जी अज तो मतलब डेढ़ साल दो साल पहला साढ़े जैन साहब नाल दुकान आ वो अजकल बंद आ तो उन्होंने दो तीन बार इदा ही पौड़ी ला के कि चढ़े उन्होंने काफ़ी बार चोरी होती हाँ जी पहले भी चोरी हुई 26 मई के चोरी हुई है थले मनजीत फुट शहर के उदो भी 7-8 हज़ार रुपया चुके लै गए नाल डाकूमेंट सके कट के लै गए उदो ताले तोड़ के ताले वगैरह तोड़े नाल कुंडे वगैरह तोड़ के सब कुछ तोड़ के लै गए कंप्लेट उदों गए थे पर कंप्लेन लिखी अज मैं हूँ कंप्लेन लिखा के आया चौंक उन्हें कंप्लेन लिख ली है बस कंप्लेन लिख के कुछ कुछ नहीं किया द एवन मीडिया चैनल लई बटाला तो लवप्रीत सिंह खुशीपुर की खास रिपोर्ट।